ਸਾਰਿਆਂ ਨੂੰ ਉਪਸਤ ਤੁਸੀਂ ਸਾਰਿਆਂ ਨੂੰ ਵਧੀਆ ਹੋਵੋਗੇ ਅਤੇ ਵੈਲਕਮ ਆ ਤੁਹਾਡਾ ਸਾਰਿਆਂ ਦਾ ਆਪਣੇ ਯੂਟਿਊਬ ਚੈਨਲ ਵੀਰਪਾਲ ਕੌਰ ਟੀਮ ਦੇ ਲੈ ਕੇ ਆਏ ਹਾਂ ਨਵੀਂ ਕਲੈਕਸ਼ਨ ਅਤੇ ਜਿਹੜੇ ਆਪਣੇ ਦੁਪੱਟੇ ਸੀਗੇ ਡਾਈ ਕਰਵਾਏ ਹੋਏ ਤੁਸੀਂ ਜਿਵੇਂ ਕਮੈਂਟ ਕਰਦੇ ਹੁੰਦੇ ਭੈਣਾਂ ਵੀ ਜਦੋਂ ਤੁਸੀਂ ਦੁਪੱਟੇ ਡਾਈ ਕਰਾ ਕੇ ਲਿਆਉਣੇ ਉਹਨੇ ਦਿਖਾਇਆ ਕਰੋ ਤਾਂ ਕਰਕੇ ਆਪਾਂ ਪਹਿਲਾਂ ਦੁਪੱਟੇ ਦਿਖਾਉਣੇ ਤੁਹਾਨੂੰ ਅਤੇ ਜਿਹੜੀ ਆਪਣੀ ਨਵੀਂ ਕਲੈਕਸ਼ਨ ਉਹ ਵੀ ਦਿਖਾਉਣੇ ਅਤੇ ਜਿਹੜੀ ਆਪਣੀ ਪੁਰਾਣੀ ਕਲੈਕਸ਼ਨ 'ਚ ਸੂਟ ਆਪਣੇ ਖਤਮ ਹੋ ਗਏ ਸੀ ਆਪਾਂ ਸੇਮ ਉਹਨਾਂ ਦੇ ਸੈਕਿੰਡ ਸੂਟ ਵੀ ਲਿਆਏ ਉਹ ਵੀ ਮੈਂ ਤੁਹਾਨੂੰ ਦਿਖਾਉਂਗੀ ਹੁਣ ਅਤੇ ਕਰਦੇ ਹਾਂ ਸਭ ਤੋਂ ਪਹਿਲਾਂ ਦੁਪੱਟਿਆਂ ਤੋਂ ਸ਼ੁਰੂ ਕਰਦੇ ਹਾਂ ਆਹ ਹੈਗਾ ਸੂਟ ਆਪਣਾ ਆਲ ਓਵਰ ਇਹ ਸੇਲ ਹੋ ਗਿਆ ਸੀ ਅਤੇ ਭੈਣ ਨੇ ਦੁਪੱਟਾ ਡਾਈ ਕਰਵਾਇਆ ਠੀਕ ਹੈ ਦੇਖਿਆ ਅੰਦਰ ਆਹ ਆਪਣਾ ਹੈਗਾ ਮਸਲੀਨ ਦਾ ਦੁਪੱਟਾ ਅਤੇ ਉਹਨਾਂ ਨੇ ਕਿਹਾ ਸੀ ਵੀ ਟਾਈ ਐਂਡ ਡਾਈ ਕਰਵਾ ਦਿਓ ਅਤੇ ਆਪਾਂ ਟਾਈ ਐਂਡ ਡਾਈ ਕਰਵਾਤਾ ਦੇਖੋ ਜਮਾਂ ਸੇਮ ਟਿਕਟੋ ਕਲਰ ਪਵਾ ਕੇ ਫਸਟ ਵਨ ਇਹ ਆ ਸੈਕਿੰਡ ਵਨ ਆਪਣਾ ਜਿਹੜਾ ਸੂਟ ਸੀਗਾ ਤੁਹਾਨੂੰ ਦਿਖਾਇਆ ਸੀਗਾ ਮੈਂ ਗਰਮੀ ਵਾਲਾ ਹੈ ਨਾ ਇੱਕ ਆਹ ਆਲ ਓਵਰ ਸੂਟ ਸੀਗਾ ਅਤੇ ਇਹਦਾ ਦੁਪੱਟਾ ਜਿਹੜਾ ਟਾਈ ਐਂਡ ਡਾਈ ਕਰਵਾ ਦਿਓ ਦੇਖੋ ਇਹ ਬਹੁਤ ਸੋਹਣਾ ਹੈ ਹੈ ਬਹੁਤ ਸੋਹਣਾ ਹੈ ਵੀ ਖੁੱਲ ਗਈ ਤਾਂ ਖੜ ਜਾਓ ਇੱਕ ਮਿੰਟ ਆ ਸੀ ਵੇਖੋ ਦੁਪੱਟਾ ਜਮਾਂ ਮੈਚਿੰਗ ਕਲਰਸ ਪਵਾ ਕੇ ਅਤੇ ਜਿਹੜਾ ਇਹ ਦੁਪੱਟਾ ਹੈਗਾ ਉਹ ਮਸਲੀਨ ਦਾ ਠੀਕ ਹੈ ਚਲੋ ਤਾਂ ਮੈਂ ਬਾਅਦ ਚ ਲਾਉਂਗੀ ਇਹਨਾਂ ਦੀਆਂ ਉਸ ਤੋਂ ਬਾਅਦ ਥਰਡ ਵਨ ਆ ਆਹ ਸੂਟ ਸੀਗਾ ਆਪਣਾ ਆਲ ਓਵਰ ਸੂਟ ਸੀਗਾ ਕੋਟਨ ਦਾ ਸੂਟ ਸੀ ਅਤੇ ਇਹਦੇ ਨਾਲ ਇੱਕ ਭੈਣ ਨੇ ਦੁਪੱਟਾ ਡਾਈ ਕਰਵਾਇਆ ਦੁਪੱਟੇ ਦੇ ਵਾਲੇ ਕਿਹੜੇ ਕਲਰ ਹੁੰਦੇ ਆ ਜਮਾਂ ਸੂਟ ਨਾ ਮੈਚ ਜਮਾਂ ਸੂਟ ਨਾ ਮੈਚ ਹੁਣ ਤੁਸੀਂ ਮਲਟੀ ਕਲਰ ਦੀ ਲੈਸ ਲਵਾ ਕੇ ਵੀ ਉਹ ਭੈਣ ਨਾ ਸਟਿਚ ਕਰਵਾ ਸਕਦੇ ਆ ਜਿੱਦਾਂ ਉਹਨਾਂ ਨੂੰ ਵਧੀਆ ਲੱਗੇ ਹਨਾ ਉਵੇਂ ਸਟਿਚ ਕਰਵਾ ਸਕਦੇ ਆ ਅਤੇ ਇਹ ਹੈਗਾ ਆਪਣਾ ਮਸਲੀਨ ਦਾ ਦੁਪੱਟਾ ਇਹ ਸੂਟ ਸਾਰੇ ਆਊਟ ਆਫ ਸਟਾਕ ਹੈ ਵੈਸੇ ਇਹ ਤਾਂ ਆਊਟ ਆਫ ਸਟਾਕ ਆ ਇਹਨਾਂ ਨਾਲ ਤੇ ਮਿਲਨੇ ਵੀ ਨਹੀਂ ਇਹ ਤਾਂ ਮੈਂ ਤੁਹਾਨੂੰ ਸਿਰਫ ਦੁਪੱਟੇ ਦਿਖਾਏ ਸੀ ਵੀ ਆਪਾਂ ਕਿਸੇ ਵੀ ਦੁਪੱਟੇ ਨੂੰ ਕਿੱਦਾਂ ਮਰਜ਼ੀ ਹੈ ਨਾ ਰੈਡੀ ਕਰਵਾ ਸਕਦੇ ਹਾਂ ਇੱਕ ਸਿੰਪਲ ਸੂਟ ਨੂੰ ਜੇ ਆਪਾਂ ਵਧੀਆ ਲੁੱਕ ਦੇਣੀ ਆ ਤਾਂ ਉਹ ਦੁਪੱਟੇ ਲੈਸ ਅਤੇ ਸਟਿਚਿੰਗ ਨਾਲ ਹੁੰਦੀ ਹਾਂਜੀ ਅਤੇ ਇੱਕ ਆਪਣੇ ਕੋਲ ਆਹ ਸ਼ਰਟ ਪਈ ਆ ਠੀਕ ਹੈ ਅਤੇ ਦੋ ਸ਼ਰਟਾਂ ਆਪਣੇ ਕੋਲ ਤਿੰਨ ਸ਼ਰਟਾਂ ਆਵਲੀਆਂ ਪਈਆਂ ਜੇ ਕਿਸੇ ਨੇ ਤਿੰਨੇ ਬਾਏ ਕਰਨੀਆਂ ਤਾਂ ਕਰ ਸਕਦੇ ਹਾਂ ਇਹ ਤਾਂ ਸੂਟ ਹੈ ਫੁੱਲ ਜੇ ਆਲ ਓਵਰ ਸੂਟ ਤੁਸੀਂ ਹੈ ਨਾ ਬਾਏ ਕਰਨਾ ਉਹ ਵੀ ਕਰ ਸਕਦੇ ਹੋ ਜਿਹੜਾ ਆਲ ਓਵਰ ਸੂਟ ਆ ਉਹ ਹੈਗਾ 1000 ਦਾ ਚਿਕਨ ਬਾਟਮ ਨਾਲ ਇਹ ਹੈਗਾ 1150 ਦਾ ਅਤੇ ਹੁਣ ਜਿਹੜਾ ਪ੍ਰਾਈਜ਼ ਆ ਉਹ ਮੈਂ ਪੰਜਾਬੀ ਦੱਸਿਆ ਕਰੂੰ ਕਿਉਂਕਿ ਕਈ ਭੈਣਾਂ ਨੇ ਮੈਨੂੰ ਮੈਸੇਜ ਕੀਤਾ ਵੀ ਸਾਡੇ ਮੰਮੀ ਵਲੌਗ ਦੇਖਦੇ ਹੈ ਨਾ ਅਤੇ ਉਹਨਾਂ ਨੇ ਇੰਗਲਿਸ਼ 'ਚ ਪ੍ਰਾਈਜ਼ ਸਮਝ ਨਹੀਂ ਆਉਂਦੇ ਕਹਿੰਦੇ ਤੁਸੀਂ ਪੰਜਾਬੀ 'ਚ ਗਿਆ ਕਰੋ ਮੈਂ ਕੋਈ ਗੱਲ ਨਹੀਂ ਹੁਣ ਆਪਾਂ ਇੰਗਲਿਸ਼ 'ਚ ਕਿਉਂਕਿ ਇੰਗਲਿਸ਼ ਵਾਲਿਆਂ ਨੂੰ ਪੰਜਾਬੀ ਸਮਝ ਆ ਜਾਂਦੀ ਪੰਜਾਬੀ ਵਾਲਿਆਂ ਨੂੰ ਇੰਗਲਿਸ਼ ਨਹੀਂ ਸਮਝ ਆਉਂਦੀ ਤਾਂ ਕਰਕੇ ਆਪਾਂ ਹੀ ਰੱਖਦੇ ਠੀਕ ਹੈ ਅਤੇ ਆਹ ਸੂਟ ਆਪਣਾ ਜਿਹੜਾ ਹੈਗਾ 1150 ਦਾ ਚਿਕਨ ਬਾਟਮ ਨਾਲ ਵਾਈਟ ਕਲਰ ਦੀ ਅਤੇ ਆਹ ਇਹਦੇ ਨਾਲ ਹੈਗੀ ਸ਼ਰਟ ਠੀਕ ਹੈ ਨੈਕਸਟ ਸੂਟ ਆਪਣਾ ਹੈਗਾ ਆਹ ਵਾਲਾ ਆਹ ਸ਼ਰਟ ਆ ਅਤੇ ਵਾਈਟ ਕਲਰ ਦੀ ਹੈਗੀ ਬਾਟਮ ਦਿਖਾ ਦੇ ਫਿਰ ਠੀਕ ਆ ਅਤੇ ਆਹ ਸੂਟ ਹੈਗਾ ਆਪਣਾ ਆਲ ਓਵਰ ਇਹਦਾ ਪ੍ਰਾਈਜ਼ ਰਹੂਗਾ 1000 ਨਿਓਨ ਸ਼ੇਡ ਆ ਤੁਸੀਂ ਮਲਟੀ ਕਲਰ ਦਾ ਦੁਪੱਟਾ ਕਰਵਾ ਲਾਇਆ ਮਤਲਬ ਕਰਵਾ ਕੇ ਅਤੇ ਮਲਟੀ ਕਲਰ ਦੀ ਲੈਸ ਵੀ ਕਰਵਾ ਸਕਦੇ ਹੋ ਜੇ ਸਿੰਗਲ ਡਾਈ ਦੁਪੱਟਾ ਕਰਾ ਕੇ ਉੱਦਾਂ ਵੀ ਕਰਵਾ ਸਕਦੇ ਹੋ ਹੈ ਨਾ ਅਤੇ ਆਹ ਹੈਗਾ ਮੰਮੀਆਂ ਵੀ ਪਾ ਸਕਦੀਆਂ ਬੀਬੀਆਂ ਵੀ ਪਾ ਸਕਦੀਆਂ ਜਿਵੇਂ ਅਤੇ ਕੁੜੀਆਂ ਵੀ ਰੈਡੀ ਕਰਵਾ ਕੇ ਪਾ ਸਕਦੀਆਂ ਜਿਹੜਾ ਆਹ ਵਾਲਾ ਸੂਟ ਆ ਡਿਪੈਂਡ ਕਰਦਾ ਵੀ ਆਪਾਂ ਰੈਡੀ ਕਿੱਦਾਂ ਕਰਾਉਂਦੇ ਹਾਂ ਹੈ ਨਾ ਅਤੇ ਇਹ ਸੂਟ ਵੀ 1000 ਦਾ ਇੱਕ ਆਪਣੇ ਕੋਲ ਆਹ ਹੈਗਾ ਬੇਬੀ ਪਿੰਕ ਕਲਰ ਦਾ ਸੂਟ ਆ ਆਲ ਓਵਰ ਸੂਟ ਆ ਇਹ ਕਿ ਮੈਂ ਹੁਣ ਆਲ ਓਵਰ ਸੂਟ ਤਾਂ ਲੈ ਕੇ ਆਉਣੀ ਆ ਕਿਉਂਕਿ ਕਈ ਭੈਣਾਂ ਮੈਨੂੰ ਮੈਸੇਜ ਕਰਦੀਆਂ ਸੀ ਵੀ ਦੀਦੀ ਤੁਸੀਂ ਮੈਚਿੰਗ ਸੂਟ ਹੀ ਲੈ ਕੇ ਆਉਣੋ ਹੈ ਨਾ ਵੀ ਕਈਆਂ ਨੂੰ ਮਿਕਸ ਜਿਹਾ ਰੱਖੀ ਦਾ ਹਾਂ ਵੀ ਕਈਆਂ ਨੂੰ ਪਸੰਦ ਹੁੰਦੇ ਆ ਵੀ ਆਲ ਓਵਰ ਸੂਟ ਅਤੇ ਇੱਕ ਭੈਣ ਦਾ ਮੈਨੂੰ ਮੈਸੇਜ ਆਇਆ ਦੀਦੀ ਤੁਸੀਂ ਚਿਕਨ ਦੀ ਬਾਟਮ ਨਾਲ ਸੂਟ ਜ਼ਿਆਦਾ ਲੈ ਕੇ ਆਉਣੇ ਕਿਉਂਕਿ ਚਿਕਨ ਦੀ ਬਾਟਮ ਨਾਲ ਆਪਣੇ ਸੂਟ ਆ ਜਿਹੜਾ ਜ਼ਿਆਦਾ ਸੇਲ ਹੁੰਦੀ ਆ ਤਾਂ ਗਰਮੀਆਂ 'ਚ ਚੱਲਦੇ ਚਿਕਨ ਦੀ ਬਾਟਮ ਚੱਲਦੀ ਅਤੇ ਬਾਕੀ ਹੁਣ ਜਿਹੜੇ ਆਪਾਂ ਸੂਟ ਲੈ ਕੇ ਆਉਂਦੇ ਹੁਣ ਵੀ ਚਿਕਨ ਦੀ ਬਾਟਮ ਤੋਂ ਬਗੈਰ ਹੀ ਲੈ ਕੇ ਆਉਂਦੇ ਹੈ ਨਾ ਜੇ ਕੋਈ ਕਹਿੰਦਾ ਵੀ ਆ ਫਿਰ ਉਹਨੂੰ ਐਂ ਕਰੀਦਾ ਜੇ ਆਪਾਂ ਸੂਟ ਲਈਦਾ 3.5 ਮੀਟਰ ਦਾ
ਫਿਰ ਉਹਨਾਂ ਨੂੰ ਸ਼ਰਟ ਕੱਟ ਕੇ ਤੇ ਉਹਨਾਂ ਨੂੰ ਚਿਕਨ ਦੀ ਬੌਟਮ ਮੈਚ ਕਰਕੇ ਫਿਰ ਉਹ ਦੋ ਸੂਟ ਬਣ ਜਾਂਦੇ ਆ। ਹੈਗਾ ਬਲੈਕ ਕਲਰ ਦਾ ਆਪਣਾ ਸੂਟ, ਠੀਕ ਹੈ, ਲੈਬਰਾ ਪ੍ਰਿੰਟ ਹੈ ਇਹ, ਲੈਪਰਡ ਪ੍ਰਿੰਟ, ਤੇ ਇਹਦਾ ਪ੍ਰਾਈਸ ਰਹੂਗਾ 1000 ਰੁਪਇਆ, ਠੀਕ ਹੈ, 1000 ਦਾ ਇਹ ਸੂਟ ਆ, ਬਲੈਕ ਕਲਰ 'ਚ ਆ, ਕਿੱਦਾਂ ਮਰਜ਼ੀ ਤੁਸੀਂ ਇਹਦਾ ਦੁਪੱਟਾ ਟਰਾਈ ਕਰਵਾ ਸਕਦੇ ਹੋ। ਉਸ ਤੋਂ ਬਾਅਦ ਆਪਣਾ ਆਹ ਸੂਟ ਆ, ਇਹ ਆਪਣੇ ਕੋਲ ਇੱਕ ਸੂਟ ਪੈਂਡਿੰਗ ਆ, ਇਹਦਾ ਸੂਟ, ਇਹ ਸੂਟ ਦਾ ਪ੍ਰਾਈਸ ਵੀ ਹੈਗਾ 1000, 1000 ਰੁਪਇਆ ਇਹਦਾ ਪ੍ਰਾਈਸ ਆ। ਅਤੇ ਆਹ ਵੀ ਆਪਣਾ ਆਲ ਓਵਰ ਸੂਟ ਆ, ਅਤੇ ਇਹਦਾ ਪ੍ਰਾਈਸ ਵੀ ਹੈਗਾ 1000, ਠੀਕ ਹੈ। ਅਤੇ ਆਹ ਸੱਚ ਆਪਣਾ ਸੇਲ ਹੋਇਆ ਵਾ ਸੂਟ, ਸੋਰੀ। ਅਤੇ ਆਹ ਆਪਣੇ ਕੋਲ ਹੈਗਾ ਬਲੈਕ ਕਲਰ ਦਾ ਸੂਟ ਹੈ, ਕੋਟਨ ਦਾ ਹੀ ਸੂਟ ਹੈ ਇਹ ਵੀ, ਅਤੇ ਇਹ ਵੀ ਆਪਣੇ ਕੋਲ ਹੈਗਾ ਸੂਟ, ਇਹਦਾ ਪ੍ਰਾਈਸ ਵੀ ਹੈਗਾ 1000। ਆਹ ਸੂਟ ਆਪਣਾ ਸੇਲ ਹੋ ਗਿਆ ਸੀਗਾ, ਅਤੇ ਇਹ ਆਪਣਾ ਫਿਰ ਸਟੋਕ 'ਚ ਆ ਗਿਆ, ਜਿਨ੍ਹਾਂ ਨੇ ਉਹਨਾਂ ਨੇ ਔਡਰ ਕਰਨਾ ਤੁਸੀਂ ਕਰ ਸਕਦੇ ਹੋ, ਇਹਦਾ ਪ੍ਰਾਈਸ ਵੀ ਹੈਗਾ 1000। ਆਹ ਔਰੇਂਜ ਕਲਰ ਦਾ ਸੂਟ ਆ, ਆਲ ਓਵਰ ਵੀ ਬਣਾ ਸਕਦੇ ਹੋ ਤੁਸੀਂ, ਇਹਦੀ ਮੈਚਿੰਗ ਵੀ ਕਰ ਸਕਦੇ ਹੋ। ਇਹ ਵੀਡੀਓ 'ਚ ਜ਼ਿਆਦਾ ਔਰੇਂਜ ਆ ਰਿਹਾ, ਮਤਲਬ ਔਰੇਂਜ ਪੀਚ ਹੀ ਆ ਨਹੀਂ ਸ਼ੇਡ ਹੁੰਦਾ ਗਾ, ਫਿਰ ਮੈਂ ਕਿਉਂਕਿ ਬਾਹਲਾ ਮਤਲਬ ਵੀਡੀਓ 'ਚ ਜ਼ਿਆਦਾ ਹੁੰਦਾ ਹੋਣਾ, ਵੈਸੇ ਤਾਂ ਇੰਨਾ ਔਰੇਂਜ ਆ ਹਾਂ। ਅਤੇ ਤੁਸੀਂ ਇਹਨੂੰ ਮੈਚਿੰਗ ਦਾ ਵੀ ਬਣਾ ਸਕਦੇ ਹੋ, ਆਲ ਓਵਰ ਵੀ ਬਣਾ ਸਕਦੇ ਹੋ, ਜਿੱਦਾਂ ਮਰਜ਼ੀ ਬਣਾ ਸਕਦੇ ਹੋ, ਠੀਕ ਹੈ। ਅਤੇ ਆਹ ਆਪਾਂ ਲੈ ਕੇ ਆਏ ਹਾਂ, ਇਹ ਬਹੁਤ ਸੋਹਣਾ ਆ, ਮੈਨੂੰ ਬਹੁਤ ਸੋਹਣਾ ਲੱਗਿਆ, ਅਮਰਿੰਦਰ ਨੂੰ ਬਹੁਤ ਜ਼ਿਆਦਾ ਸੋਹਣਾ ਲੱਗਿਆ। ਇਹਦਾ ਕੁੜਤਾ ਬਣਾਇਆ ਹੋਵੇ ਵਾਈਟ ਬੌਟਮ ਲੈ ਕੇ ਆਈ ਆ ਮੈਂ, ਚਿਕਨ ਦੀ ਦੇਖੋ, ਚਿਕਨ ਦੀ ਬੌਟਮ ਤੇ ਡਿਜ਼ਾਈਨ ਆ, ਉੱਪਰ ਆ ਡਿਜ਼ਾਈਨ, ਨੀਚੇ ਆ ਡਿਜ਼ਾਈਨ ਆ, ਫੋਕਸ ਹੋ ਗਿਆ, ਤੇ ਸੈਂਟਰ ਇਹ ਚ ਉੱਪਰ ਮਤਲਬ ਪਹੁੰਚੇ ਤੋਂ ਹੋਇਆ, ਹਾਂ ਮਤਲਬ ਇਹ ਚਿਕਨ ਦੀ ਬੌਟਮ ਆ ਜਿਹੜੀ ਆਪਾਂ ਡਿਫਰੈਂਟ ਲੈ ਕੇ ਆਏ ਆ, ਆ ਸ਼ਰਟ ਵਿਦ ਆ ਬੌਟਮ, ਇਹ ਸੂਟ ਰੈਡੀ ਹੋਊਗਾ। ਤੇ ਜਿਹੜਾ ਇਹਦੀ ਸ਼ਰਟ ਦਾ ਸਟੱਫ ਆ ਉਹ ਹੈਗਾ ਲੇਲਨ, ਜਿਹੜੀ ਵਧੀਆ ਚ ਹੁੰਦੀ ਆ ਉਹ ਵਾਲੀ ਹੈ, ਤੇ ਜਿਹੜੀ ਕਾਟਨ ਦੀ ਹੈਗੀ ਇਹਦੇ ਨਾਲ ਬੌਟਮ ਚਿਕਨ ਦੀ। ਤੇ ਇਹਦਾ ਸੂਟ ਦਾ ਪ੍ਰਾਈਸ ਰਹੂਗਾ 1150। ਇਹ ਆਪਣੇ ਕੋਲ ਦੋ ਸੂਟ ਆ, ਜਿਨ੍ਹਾਂ ਨੇ ਬਾਏ ਕਰਨੇ ਆ ਸੇਮ ਵੀ ਬਾਏ ਕਰ ਸਕਦੇ ਹੋ ਤੁਸੀਂ, ਜੇ ਕਿਸੇ ਨੇ ਪਹਿਲਾਂ ਆਲ ਓਵਰ ਬੁੱਕ ਕਰ ਲਿਆ ਫਿਰ ਗੱਲ ਹੋ ਰਿਹਾ, ਹਾਂ ਫਿਰ ਡਿਪੈਂਡ ਕਰਦਾ ਹੈ, ਫਿਰ ਆਪਾਂ ਜਿਹੜੀਆਂ ਆਹ ਬੌਟਮ ਇਹਦੇ ਨਾਲ ਸ਼ਰਟਾਂ ਹੋਰ ਲਿਆਵਾਂਗੇ, ਹੈਨਾ, ਜਿੱਦਾਂ ਜਿਹਨੂੰ ਪਸੰਦ ਆਉਂਦਾ ਨਾ ਉਦਾਂ ਉਦਾਂ ਬੰਦਾ ਕਰਵਾ ਸਕਦਾ ਬੁੱਕ। ਤੇ ਇੱਕ ਆਪਣੇ ਕੋਲ ਆਹ ਸੂਟ ਆ, ਇਹ ਪ੍ਰਿੰਟ ਵੀ ਬਹੁਤ ਸੋਹਣਾ, ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ, ਮੰਮੀ ਵਰਗਿਆਂ ਨੂੰ ਵੀ ਬਹੁਤ ਜ਼ਿਆਦਾ ਸੋਹਣਾ ਲੱਗਿਆ, ਆ ਪੁੱਠੇ ਘਰ ਰੱਖਦੇ ਨਹੀਂ ਅੰਦਰ, ਅੱਧੇ ਪੁੱਠੇ ਅੱਧੇ ਸਿੱਧੇ ਆ। ਇਹ ਵੀ ਆਪਣਾ ਕਾਟਨ ਦਾ ਸੂਟ ਆ ਹੈਨਾ, ਤੇ ਇਹਦਾ ਪ੍ਰਾਈਸ ਰਹੂਗਾ 1000। ਜਿਹਨਾਂ ਜਿਹਨਾਂ ਨੇ ਆਰਡਰ ਕਰਨਾ ਸਕਰੀਨਸ਼ਾਟ ਲੈ ਲਓ ਤੇ ਮੈਨੂੰ ਭੇਜ ਦਿਓ ਇੰਸਟਾਗ੍ਰਾਮ ਤੇ। ਉਸ ਤੋਂ ਬਾਅਦ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਆਇਆ, ਮੈਨੂੰ ਇਹ ਲੱਗਦਾ ਵੀ ਜਦੋਂ ਮੈਂ ਇਹ ਵਲੌਗ ਪਾਇਆ ਸਭ ਤੋਂ ਪਹਿਲਾਂ ਮੈਨੂੰ ਆਰਡਰ ਆਹ ਸੂਟ ਦਊਗਾ। ਇਹ ਵੀ ਆਪਣਾ ਸੂਟ ਕਾਟਨ ਦਾ, ਠੀਕ ਹੈ, ਇਹਦਾ ਪ੍ਰਾਈਸ ਰਹੂਗਾ 1000। ਮਤਲਬ ਕਾਟਨ ਮਿਕਸ ਲੈ ਲੈਣ ਜੀ, ਵੀ ਬਾਹਲਾ ਜ਼ਿਆਦਾ ਲੈ ਲੈਣ ਨਹੀਂ ਹੈਗੀ, ਵੀ ਮਿਕਸ ਜਿਹਾ ਹੈ। ਅਤੇ ਇਹਦਾ ਪ੍ਰਾਈਸ ਵੀ ਰਹੂਗਾ 1000। ਅਤੇ ਜਿਹਨਾਂ ਜਿਹਨਾਂ ਨੇ ਬਾਏ ਕਰਨਾ ਤਾਂ ਸਕਰੀਨਸ਼ੋਟ ਲੈ ਕੇ ਮੈਨੂੰ ਜਲਦੀ ਜਲਦੀ ਸੈਂਡ ਕਰ ਦਿਉ। ਉਸ ਤੋਂ ਬਾਅਦ ਆਪਣੇ ਕੋਲ ਦੋ ਸੂਟ ਆ, ਇੰਨੇ ਕੁ ਜ਼ਿਆਦਾ ਸੋਹਣੇ ਸੂਟ ਬਣ ਸਕਦੇ ਹੈ ਨਾ, ਇਹ ਜਿਹਨਾਂ ਨੇ ਆਪਣੇ ਤੋਂ ਰੈਡੀ ਕਰਵਾਏ। ਜੇ ਕਿਸੇ ਨੇ ਆਪਣੇ ਤੋਂ ਰੈਡੀ ਕਰਵਾਇਆ ਸੂਟ ਤਾਂ ਮੈਂ ਪਿੱਕ ਜ਼ਰੂਰ ਸ਼ੇਅਰ ਕਰੂੰਗੀ, ਕਿਉਂਕਿ ਇਹਦਾ ਦੁਪੱਟਾ ਬਹੁਤ ਜ਼ਿਆਦਾ ਸੋਹਣਾ ਬਣਨਾ। ਕਾਟਨ ਦਾ ਸੂਟ ਆ ਇਹ, ਠੀਕ ਹੈ, ਅਤੇ ਇਹ ਸੂਟ ਦਾ ਪ੍ਰਾਈਸ ਰਹੂਗਾ 1200। ਇਹ ਸੂਟ ਦੇਖੋ, ਚਾਹੇ ਕਿਸੇ ਨੇ ਕੋਈ ਵਰਕ ਵੀ ਕਰਵਾ ਸਕਦਾ, ਵੈਸੇ ਜੇ ਆਪਾਂ ਇਵੇਂ ਵੀ ਲੈਸ ਲਵਾ ਕੇ ਹੈ ਨਾ, ਅਤੇ ਦੁਪੱਟਾ ਟਾਈ ਐਂਡ ਡਾਈ ਕਰਵਾ ਕੇ ਸਟਿਚ ਕਰਾਉਣਾ ਤਾਂ ਉਵੇਂ ਵੀ ਕਰਵਾ ਸਕਦਾ, ਉਹ ਅਗਲੇ ਦੀ ਚੋਇਸ ਆ। ਜੇ ਕਿਸੇ ਨੇ ਦੋ ਸੇਮ ਸੂਟ ਲੈਣੇ ਤਾਂ ਆਪਣੇ ਕੋਲ ਦੋ ਸੇਮ ਸੂਟ ਵੀ ਹੈਗੇ ਆ, ਇਹਦਾ ਪ੍ਰਾਈਸ ਰਹੂਗਾ 1200। ਅਤੇ ਆਹ ਪਿਛਲੀ ਵਾਰ ਆਪਾਂ ਇਹਦੇ ਨਾਲ ਮੈਚਿੰਗ ਲੈ ਕੇ ਆਈ ਸੀਗੀ, ਅਤੇ ਇਸ ਵਾਰ ਆਲ ਓਵਰ ਆਇਆ। ਆਹ ਸੂਟ ਦਾ ਪ੍ਰਾਈਸ ਰਹੂਗਾ 1000। ਇੱਕ ਲਾਸਟ ਕੁੜਤਾ ਆ, ਆਹ ਕੁੜਤਾ ਆਪਣੇ ਕੋਲ ਪੈਂਡਿੰਗ ਆ, ਜਿਨ੍ਹਾਂ ਨੇ ਬਾਏ ਕਰਨਾ ਕਰ ਲਓ, ਅਤੇ ਬਾਕੀ ਮੈਨੂੰ ਐਂ ਨਹੀਂ ਪਤਾ ਵੀ ਸ਼ਾਇਦ ਆਹ ਵਲੌਗ ਆਉਣ ਤੋਂ ਪਹਿਲਾਂ ਕਿਸੇ ਨੂੰ ਦੇ ਦਈਏ, ਫਿਰ ਤਾਂ ਚਲੋ ਗੱਲ ਹੋਰ ਆ ਹੈ ਨਾ।
ਤੇ ਇਹ ਆਪਣੀ ਹੈਗੀ ਨਵੀਂ ਕਲੈਕਸ਼ਨ ਹੈ। ਜਿਨ੍ਹਾਂ ਜਿਨ੍ਹਾਂ ਨੇ ਸੂਟ ਬਾਏ ਕਰਨੇ ਆ ਜਲਦੀ ਜਲਦੀ ਜਾਓ ਤੇ ਇੰਸਟਾਗ੍ਰਾਮ ਤੇ ਮੈਨੂੰ ਸਕਰੀਨਸ਼ਾਟ ਸੈਂਡ ਕਰੋ, ਨਾਲ ਆਪਣਾ ਐਡਰੈਸ ਸੈਂਡ ਕਰੋ ਤਾਂ ਕਿ ਮੈਂ ਤੁਹਾਨੂੰ ਸ਼ਿਪਿੰਗ ਚਾਰਜਿਸ ਦੱਸ ਸਕਾਂ। ਤੇ ਬਾਕੀ ਮੈਂ ਨਾ ਹਰ ਇੱਕ ਸੂਟ ਦੇ ਨਾਲ ਹੀ ਤੁਹਾਨੂੰ ਪ੍ਰਾਈਜ਼ ਮੈਂਸ਼ਨ ਕਰ ਦਿੰਦੀ ਹੁੰਦੀ ਹਾਂ ਨਾ, ਜੇ ਕਿਸੇ ਨੂੰ ਕੋਈ ਵੀ ਕਨਫਿਊਜ਼ਨ ਹੁੰਦੀ ਹੈ ਤੁਸੀਂ ਯੂਟਿਊਬ ਦੇ ਕਮੈਂਟਰ ਨਾਲ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰਿਆ ਕਰੋ, ਉੱਥੇ ਮੈਂ ਜਲਦੀ ਰਿਪਲਾਈ ਕਰਦੀ ਹਾਂ, ਠੀਕ ਹੈ। ਅਤੇ ਇੱਕ ਹੋਰ, ਜੇ ਕਿਸੇ ਭੈਣਾਂ ਨੇ ਦੁਪੱਟੇ ਮਤਲਬ ਨਾਲ ਮੰਗਵਾਉਣੇ ਆ, ਆਪਣੇ ਕੋਲ ਚਨੋਣ ਦੇ ਦੁਪੱਟੇ ਵੀ ਹੈਗੇ ਆ, ਠੀਕ ਹੈ। ਮਤਲਬ ਜੇ ਤੁਸੀਂ ਡਾਈ ਕਰਵਾ ਕੇ ਮੰਗਵਾਉਣੇ ਆ ਤਾਂ ਵੀ ਦੱਸ ਸਕਦੇ ਹੋ, ਅਤੇ ਜੇ ਤੁਸੀਂ ਇੱਦਾਂ ਮੰਗਵਾਉਣੇ ਤਾਂ ਵੀ ਦੱਸ ਸਕਦੇ। ਚਨੋਣ ਦੇ ਦੁਪੱਟੇ ਵੀ ਹੈਗੇ ਆਪਣੇ ਕੋਲ, ਅਤੇ ਆਪਣੇ ਕੋਲ ਮਸਲੀਨ ਦੇ ਦੁਪੱਟੇ ਵੀ ਹੈਗੇ ਆ। ਆ ਸੀ ਆਹ ਚੈੱਕ ਮਸਲੀਨ, ਹੁਣ ਤਾਂ ਨੇਓ ਕਰਕੇ ਦਿਖਾ ਦੇ ਫੈਬਰਿਕ, ਠੀਕ ਹੈ। ਆਹ ਦੁਪੱਟੇ ਵੀ ਹੈਗੇ, ਚਨੋਣ ਦੇ ਵੀ ਹੈਗੇ ਅਤੇ ਸਪੂਨ ਦੇ ਵੀ ਹੈਗੇ ਆਪਣੇ ਕੋਲ। ਤਿੰਨ ਤਰ੍ਹਾਂ ਦੇ ਦੁਪੱਟੇ ਹੈਗੇ ਆ, ਤਿੰਨ ਕਿਉਂ ਹਾਂ ਤਿੰਨ ਤਰ੍ਹਾਂ ਦੇ ਆਪਣੇ ਕੋਲ ਦੁਪੱਟੇ ਹੈਗੇ ਆ, ਸਪੂਨ ਦੇ ਅਤੇ ਮਸਲੀਨ ਦੇ ਅਤੇ ਚਨੋਣ ਦੇ। ਤੁਸੀਂ ਕੋਈ ਵੀ ਦੁਪੱਟਾ ਵੀ ਔਡਰ ਕਰ ਸਕਦੇ ਸੂਟ ਨਾਲ, ਜੇ ਤੁਸੀਂ ਡਾਈ ਕਰਵਾ ਕੇ ਲੈਣਾ ਡਾਈ ਕਰਵਾ ਕੇ ਵੀ ਲੈ ਸਕਦੇ ਹੋ, ਅਤੇ ਜੇ ਤੁਸੀਂ ਉੱਦਾਂ ਹੀ ਵਾਈਟ ਔਡਰ ਕਰਨਾ ਤੁਸੀਂ ਵਾਈਟ ਵੀ ਕਰ ਸਕਦੇ ਹੋ, ਹੈ ਨਾ। ਹਾਂਜੀ, ਅਤੇ ਇੱਕ ਮੈਂ ਤੁਹਾਨੂੰ ਹੋਰ ਇਨਫੋਰਮੇਸ਼ਨ ਦੇਣੀ ਸੀ, ਜਦੋਂ ਵੀ ਤੁਸੀਂ ਮੇਰੇ ਤੋਂ ਸੂਟ ਔਡਰ ਕਰਦੇ ਹੋ ਹੈ ਨਾ, ਮੈਨੂੰ 2 ਦਿਨਾਂ ਬਾਅਦ ਮੈਸੇਜ ਕਰਦੇ ਰਿਹਾ ਕਰੋ, ਕਿਉਂਕਿ ਐਂ ਹੁੰਦਾ ਵੀ ਬਹੁਤ ਜ਼ਿਆਦਾ ਕੁਐਰੀਜ਼ ਆਉਂਦੀਆਂ, ਕਈ ਕਈ ਵਾਰੀ ਤਾਂ ਨਾ 100-150 ਮੈਸੇਜ ਮੈਨੂੰ ਆ ਜਾਂਦਾ, ਅਤੇ ਉਹ ਸਾਰਿਆਂ ਦੇ ਕੰਟੈਕਟ ਜਿਨ੍ਹਾਂ ਨੇ ਆਪਣੇ ਸੂਟ ਔਡਰ ਕੀਤੇ ਹੁੰਦੇ ਨੀਚੇ ਚੱਲ ਜਾਂਦੇ ਆ, ਹੈ ਨਾ। ਤੁਸੀਂ 2 ਦਿਨਾਂ ਬਾਅਦ ਮੈਨੂੰ ਰਿਮਾਇੰਡ ਕਰਾਉਂਦੇ ਰਹੋ, ਤਾਂ ਕਿ ਕਈ ਵਾਰੀ ਤੁਹਾਡੀ ਕਾਲ ਨਹੀਂ ਲੱਗਦੀ ਹੈ ਨਾ, ਜਦੋਂ ਆਪਾਂ ਪਾਰਸਲ ਭੇਜਦੇ ਹਾਂ ਤਾਂ ਉਹ ਮੈਨੂੰ ਬੈਕ ਕਾਲ ਕਰਦੇ ਆ, ਫਿਰ ਮੈਨੂੰ ਚੈਟ ਲੱਭਣੀ ਔਖੀ ਹੋ ਜਾਂਦੀ ਹੈ। ਤਾਂ ਕਰਕੇ ਤੁਸੀਂ ਮੈਨੂੰ 2 ਦਿਨਾਂ ਬਾਅਦ ਮੈਸੇਜ ਕਰਦਿਆ ਕਰੋ, ਫਿਰ ਆਪਣੇ ਨਾ ਕੰਟੈਕਟ 'ਚ ਹੀ ਰਹਿੰਦਾ ਬੰਦਾ, ਨਹੀਂ ਫਿਰ ਚੈਟ ਜਿਹੜੀ ਬਾਹਲੀ ਥੱਲੇ ਜਾ ਵੜਦੀ ਹੈ ਨਾ। ਅਤੇ ਹੁਣ ਜਲਦੀ ਜਲਦੀ ਜਾਓ ਅਤੇ ਇੰਸਟਾਗ੍ਰਾਮ 'ਤੇ ਮੈਨੂੰ ਸਕਰੀਨਸ਼ਾਟ ਕਰੋ ਸੈਂਡ, ਅਤੇ ਆਪਣਾ ਆਪਣਾ ਔਡਰ ਪਲੇਸ ਕਰੋ। ਅਤੇ ਹੋਪਫੁਲੀ ਅੱਜ ਦੀ ਕਲੈਕਸ਼ਨ ਤੁਹਾਨੂੰ ਵਧੀਆ ਲੱਗੀ ਹੋਊ, ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ, ਨਵੀਂ ਨਵੀਂ ਵੀਡੀਓਜ਼ ਦੇਖਣ ਲਈ ਬੈੱਲ ਆਈਕਨ ਨੂੰ ਕਰ ਲਓ ਪ੍ਰੈਸ। ਚਲਦਨ ਬਾਬਾ ਆਏ।